ਤਾਂ ਅੱਜ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਇੱਕ ਵੱਡੀ ਘਟਨਾ ਵਾਪਰੀ ਹੈ, ਜਿਸ ਦੇ ਵਿੱਚ ਬੋਲੀਵੁੱਡ ਅਭਿਨੇਤਰੀ ਕੰਗਨਾ ਨੌ ਅਤੇ ਮੰਡੀ ਹਿਮਾਚਲ ਤੋਂ ਨਵੀਂ ਬਣੀ ਐਮ ਪੀ ਦੇ ਸੀ ਆਈ ਐੱਸ ਐੱਫ ਦੀ ਜਵਾਨ ਕੁਲਵਿੰਦਰ ਕੌਰ ਦੇ ਵੱਲੋਂ ਥੱਪੜ ਜੜ ਦਿੱਤਾ ਜਾਂਦਾ, ਜਿਸ ਤੋਂ ਬਾਅਦ ਕੰਗਨਾ ਨੌਤ ਦੇ ਵੱਲੋਂ ਵੱਡਾ ਬਿਆਨ ਦਿੱਤਾ ਜਾਂਦਾ। ਪੰਜਾਬ ਦੇ ਅੰਦਰ ਕਿਹਾ ਜਾ ਰਿਹਾ ਕਿ ਅੱਤਵਾਦ ਵੱਲ ਪੰਜਾਬ ਵੱਧ ਰਿਹਾ, ਪੰਜਾਬ ਉਗਰਵਾਦ ਵੱਲ ਵੱਧ ਰਿਹਾ। ਹਾਲਾਂਕਿ ਲਗਾਤਾਰ ਕੰਗਨਾ ਨੌਤ ਅਜਿਹੇ ਬਿਆਨਬਾਜ਼ੀਆਂ ਆਪਣੇ ਕਰਦੇ ਰਹਿੰਦੇ ਨੇ। ਇਸ ਘਟਨਾ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਐਡਵੋਕੇਟ ਹਰਪਾਲ ਸਿੰਘ ਖਾਰਾ ਜੁੜੇ ਨੇ। ਖਾਰਾ ਸਾਹਿਬ, ਵੱਡੀ ਘਟਨਾ ਕੰਗਨਾ ਨੌਤ ਅਕਸਰ ਪੰਜਾਬ ਦੇ ਕਿਸਾਨਾਂ ਪ੍ਰਤੀ, ਪੰਜਾਬ ਦੇ ਧੀਆਂ ਪੁੱਤਾਂ ਪ੍ਰਤੀ ਜਿਹੜੇ ਬਿਆਨਬਾਜ਼ੀ ਆਪਣੀ ਕਰਦੇ ਰਹਿੰਦੇ ਨੇ, ਅੱਜ ਜੋ ਘਟਨਾ ਵਾਪਰੀ ਆ, ਇਸ ਨੂੰ ਪਹਿਲਾਂ ਤਾਂ ਕਿਵੇਂ ਦੇਖ ਰਹੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਆ, 20 ਤੋਂ 21 ਸਾਲ ਦੇ ਬਾਅਦ ਸ਼ਹੀਦ ਊਧਮ ਸਿੰਘ ਨੇ ਜਾ ਕੇ ਇੰਗਲੈਂਡ ਬਦਲਾ ਲੈ ਲਿਆ। ਇਹਨਾਂ ਨੂੰ ਇਹ ਨੀ ਪਤਾ ਕਿ ਜਿਹੜੀ ਕੌਮ ਨੂੰ ਅਸੀਂ ਮਿਹਣੇ ਮਾਰਦੇ ਹਾਂ, ਜਿਹੜੀ ਕੌਮ ਦੀ ਤੁਸੀਂ 2020 ਜਾਂ 21 ਦੇ ਵਿੱਚ ਬੇਇੱਜ਼ਤੀ ਕਰਦੇ ਹੁੰਦੇ ਸੀ, ਉਦੋਂ ਮਾਤਾ ਦੀਆਂ ਜਿਹੜੀਆਂ ਪੰਜਾਬ ਦੀਆਂ ਬੀਬੀਆਂ ਤੇ ਮਾਤਾ ਬੈਠੀਆਂ ਸੀ, ਉਦੋਂ ਤੂੰ ਬੋਲਦੀ ਹੁੰਦੀ ਸੀ ਕਿ 100-100 ਰੁਪਈਏ ਚ ਵਿਕਦੀਆਂ ਨੇ, ਤੇ ਇਹਦਾ ਫਿਰ ਚਪੇੜ ਤਾਂ ਪੈਣੀ ਪੈਣੀ ਸੀ। ਜਿਸ ਕੌਮ ਨੇ 20-21 ਸਾਲ ਦੇ ਬਾਅਦ ਬਦਲੇ ਲਏ ਹੋਣ, ਤੇ ਬਲੱਡ ਉਹੀ ਹੈ, ਕਿਉਂਕਿ ਇਹ ਬਲੱਡ ਨੀ ਬਦਲਦਾ। ਸੋ ਇਸ ਕਰਕੇ ਜਿਹੜੀ ਆਪਦੀ ਜ਼ਬਾਨ ਹੈ ਇਹ ਕੰਟਰੋਲ ਚ ਰੱਖਣੀ ਸੀ। ਤੂੰ ਬੀਬੀ ਉਹਨਾਂ ਲੋਕਾਂ ਨੂੰ ਕਿਹਾ ਸੀ 100-100 ਟਕੇ ਦੀਆਂ ਜਾਂ 100-100 ਰੁਪਈਏ ਦੀਆਂ ਕਿਹਾ ਸੀ ਤੁਸੀਂ, ਜਿਹਨਾਂ ਨੇ ਕਿਸੇ ਟਾਈਮ ਤੇ ਦੂਜੇ ਧਰਮਾਂ ਦੀਆਂ ਕੁੜੀਆਂ ਦੀਆਂ ਇੱਜ਼ਤਾਂ ਬਚਾਈਆਂ ਸੀ। ਜੇ ਕਿਤੇ ਇਤਿਹਾਸ ਪੜਿਆ ਹੋਵੇ ਨਾ ਪੰਜਾਬ ਬਾਰੇ, ਤੇ ਫੇਰ ਇਸ ਕੌਮ ਦੀ ਗੱਲ ਕਰਿਆ ਕਰੋ। ਤੁਹਾਨੂੰ ਪਤਾ ਨੀ ਕਸੂਰ ਦੇ ਵਿੱਚ ਕਿੰਨੇ ਇੱਜ਼ਤ ਬਚਾਈ ਸੀ, ਤੁਹਾਨੂੰ ਨੀ ਪਤਾ ਕਿ ਗੋਇੰਦਵਾਲ ਸਾਹਿਬ ਕੋਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕਿੰਨੀ ਇੱਜ਼ਤ ਬਚਾਈ ਸੀ। ਤੁਸੀਂ ਮਿੰਟ ਮਾਰਦੇ ਜੇ ਸਾਡੀਆਂ ਇੱਜ਼ਤਾਂ ਨੂੰ ਰੋਲਣ ਲੱਗਿਆ, ਇੱਜ਼ਤਾਂ ਲਈ ਬੋਲਣ ਲੱਗਿਆ, ਤੁਸੀਂ ਮਿੰਟ ਮਾਰਦੇ ਜੇ, ਉਦੋਂ ਸੋਚਿਆ ਕਰੋ, ਜ਼ਬਾਨ ਨੂੰ ਕੰਟਰੋਲ ਚ ਰੱਖਿਆ ਕਰੋ ਆਪਦੀ। ਇਹ ਪੰਜਾਬ ਹੈ ਬੀਬੀ, ਇਹ ਪੰਜਾਬ ਬਦਲਾ ਲੈਂਦਾ ਹੁੰਦਾ, ਪੰਜਾਬ ਅੱਗੋਂ ਭਾਜੀ ਵੀ ਮੋੜਦਾ ਬੀਬੀ, ਹੁਣੇ ਅੱਗੇ ਅਰਕੀ ਗੱਲ ਨੀ ਰਹਿ ਗਈ। ਸ਼ੁਰੂ ਤੋਂ ਲੈ ਕੇ ਪੰਜਾਬ ਇਸੇ ਤਰ੍ਹਾਂ ਦਾ ਹੈ। ਤੁਹਾਨੂੰ ਬੀਬੀ ਸਮਝਣ ਚ ਫਰਕ ਪਿਆ ਜੇ ਕਰੇ, ਸਿਰਫ ਇਹ ਤੁਹਾਨੂੰ ਜਵਾਬ ਨੀ ਦਿੱਤਾ ਸੀ ਕਾਫੀ ਸਮੇਂ ਤੋਂ, ਉਹ ਜਵਾਬ ਤੈਨੂੰ ਅੱਜ ਏਅਰਪੋਰਟ ਤੇ ਮਿਲ ਚੁੱਕਾ ਹੈ। ਖਾਰਾ ਸਾਹਿਬ, ਪਰ ਉਸ ਘਟਨਾ ਤੋਂ ਬਾਅਦ ਇਹ ਬਿਆਨ ਦੇਣਾ ਕਿ ਪੰਜਾਬ ਅੱਤਵਾਦ ਵੱਲ ਵੱਧ ਰਿਹਾ, ਪੰਜਾਬ ਉਗਰਵਾਦ ਵੱਲ ਵੱਧ ਰਿਹਾ, ਹਾਲਾਂਕਿ ਹਾਲ ਹੀ ਦੇ ਵਿੱਚ ਹੁਣ ਨਤੀਜੇ ਆਏ ਨੇ, ਪੰਜਾਬ ਦੇ ਅੰਦਰ ਪੰਥਕ ਲਹਿਰ ਨਜ਼ਰ ਆਈ ਆ, ਅੰਮ੍ਰਿਤਪਾਲ ਸਿੰਘ ਜਿੱਤੇ ਵੱਡੀ ਲੀਡ ਦੇ ਨਾਲ, ਸਰਬਜੀਤ ਸਿੰਘ ਖਾਲਸਾ ਜਿੱਤੇ, ਅਤੇ ਇਸ ਤਰੀਕੇ ਦਾ ਬਿਆਨ ਦੇਣਾ ਇੱਕ ਦੂਜੀ ਪਾਰਟੀ ਦੇ ਐਮ ਪੀ ਦੇ ਵੱਲੋਂ, ਕਿਉਂਕਿ ਪਹਿਲਾਂ ਤਾਂ ਉਹ ਇਕੱਲੇ ਅਭਿਨੇਤਰੀ ਸੀਗੇ, ਚਲੋ ਕਹਿ ਦਿੰਦੇ ਸੀ ਕਿ ਸਟਾਰ ਆ ਕੁਝ ਵੀ ਬੋਲਦਾ, ਪਰ ਹੁਣ ਉਹ ਮੌਜੂਦਾ ਖੁਦ ਵੀ ਐਮ ਪੀ ਨੇ, ਅਤੇ ਇਸ ਤਰੀਕੇ ਦੇ ਨਾਲ ਇੱਕ ਸਟੇਟ ਦੇ ਪ੍ਰਤੀ ਪੂਰੇ ਲੋਕਾਂ ਨੂੰ ਟਾਰਗੇਟ ਕਰਕੇ ਬਿਆਨ ਦੇਣਾ। ਦੇਖੋ, ਮੈਂ ਤੁਹਾਨੂੰ ਇੱਕ ਗੱਲ ਬੜੀ ਕਲੀਅਰ ਕਰਦਾ, ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਸਾਡੇ ਲਈ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ, ਇਹ ਲਫ਼ਜ਼ ਜਿਹੜੇ ਨੇ ਇਹ ਸਾਡੇ ਲਈ ਇਹਨਾਂ ਨੇ ਬਣਾ ਕੇ ਰੱਖੇ ਹੋਏ ਨੇ। ਇਹ ਹਿੰਦੂ ਰਾਸ਼ਟਰ ਦਾ ਨਾਰਾ ਮਾਰ ਦੇਣ, ਇਹ ਜੈ ਸ਼੍ਰੀ ਰਾਮ ਦਾ ਨਾਰਾ ਮਾਰ ਕੇ ਗੋਲੀ ਮਾਰ ਦੇਣ, ਇਹ ਥਾਣਿਆਂ ਨੂੰ ਅੱਗ ਲਾ ਕੇ ਉਹ ਪੁਲਿਸ ਵਾਲੇ ਮਾਰ ਦੇਣ, ਇਹ ਗੁਜਰਾਤ ਦੇ ਵਿੱਚ ਕਤਲੇਆਮ ਕਰਨ, ਇਹ ਲੋਕ 1984 ਸਿੱਖਾਂ ਦਾ ਕਤਲੇ ਆਮ ਕਰਨ, ਇਹ ਅੱਤਵਾਦੀ ਨਹੀਂ। ਨਾ 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 ਨਾ, ਇਹ ਅੱਤਵਾਦੀ ਨਹੀਂ, ਇਹ ਜੋ ਮਰਜ਼ੀ ਕਰ ਸਕਦੇ ਨੇ। ਇਹਨਾਂ ਦੇ ਖਿਲਾਫ ਤੁਸੀਂ ਨੋਟ ਕਰੋ, ਉਹ ਮੁੰਡੇ ਸ਼ੁਭ ਕਰਨ ਦਾ ਮਰਡਰ ਹੁੰਦਾ ਹੈ ਤਾਂ ਕੋਈ ਮੁਲਜ਼ਮ ਹੈ ਨੀ, ਹਰਿਆਣੇ ਤੋਂ ਗੋਲੀ ਚੱਲਦੀ ਹੈ, ਇਹਨਾਂ ਦੀ ਭਾਜਪਾ ਗੋਲੀ ਚਲਾਉਂਦੀ। ਦੇਖੋ ਤੁਸੀਂ, ਜਦੋਂ ਸਿੱਖ ਦੇ ਗੋਲੀ ਵੱਜਦੀ ਹੈ, ਮੁਸਲਮਾਨ ਦੇ ਗੋਲੀ ਵੱਜਦੀ ਹੈ, ਤਾਂ ਉਸ ਐਫ ਆਈ ਆਰ ਦੇ ਵਿੱਚ ਮੁਲਜ਼ਮ ਇਹ ਹੋਣ ਦੇ ਬਾਵਜੂਦ ਉਸ 'ਚ ਮੁਲਜ਼ਮ ਨਹੀਂ ਹੁੰਦੇ ਜੀ। ਪਰ ਜੇ ਇੱਕ ਚਪੇੜ ਵੱਜਦੀ, ਉਹ ਥੱਪੜ ਦੀ ਜਿਹੜੀ ਗੂੰਜ ਆ ਉਹ ਜਾਂਦੀ ਹੈ, ਵਰਲਡ ਦੇ ਵਿੱਚ ਜਾ ਰਹੀ ਹੈ ਇਸ ਵਕਤ।
ਭਾਜਪਾ ਲੀਡਰਾਂ ਦੇ ਬਿਆਨ ਆ ਰਹੇ ਨੇ ਖਰੜ ਸਾਹਿਬ, ਲਗਾਤਾਰ ਜਿਹੜੇ ਭਾਜਪਾ ਦੇ ਲੀਡਰ ਨੇ ਜਿਹੜੇ ਪੰਜਾਬ ਵਿਰੁੱਧ ਹਮੇਸ਼ਾ ਬਿਆਨ ਦਿੰਦੇ ਨੇ, ਉਹਨਾਂ ਨੇ ਫਿਰ ਬੋਲਣਾ ਸ਼ੁਰੂ ਕਰਤਾ ਨੈਸ਼ਨਲ ਮੀਡੀਆ ਦੇ ਉੱਤੇ ਜਾ ਕੇ ਕਿਹਾ ਜਾ ਰਿਹਾ ਲਗਾਤਾਰ ਪੰਜਾਬ ਦੇ ਪ੍ਰਤੀ ਉਸ ਤਰੀਕੇ ਦੇ ਬਿਆਨ ਜੋ ਪਹਿਲਾਂ ਦਿੱਤੇ ਜਾਂਦੇ ਸੀ, ਜਿਨ੍ਹਾਂ ਦਾ ਅਸੀਂ ਜ਼ਿਕਰ ਕਰਕੇ ਹਟਿਆ। ਮੈਨੂੰ ਲੱਗਦਾ ਵਾਰ ਵਾਰ ਸਾਨੂੰ ਜ਼ਿਕਰ ਕਰਨ ਦੀ ਲੋੜ ਨਹੀਂ ਆ, ਕਿਉਂਕਿ ਲੋਕਾਂ ਨੂੰ ਪਤਾ ਕਿ ਕਿਹੋ ਜਿਹੀਆਂ ਟਿੱਪਣੀਆਂ ਪੰਜਾਬ ਦੇ ਲਈ ਕੀਤੀਆਂ ਜਾਂਦੀਆਂ ਨੇ, ਪੰਜਾਬ ਦੇ ਭਾਈਚਾਰੇ ਦੇ ਲਈ ਕੀਤੀਆਂ ਜਾਂਦੀਆਂ ਨੇ, ਕਿਸ ਨਜ਼ਰੀਏ ਦੇ ਨਾਲ ਇਹ ਲੋਕ ਦੇਖਦੇ ਨੇ। ਦੇਖੋ ਮੇਰੀ ਗੱਲ ਸੁਣੋ, ਅਸੀਂ ਅੱਜ ਤੀਕਰ ਕਿਸੇ ਵੀ ਕੌਮ ਤੇ ਹਮਲਾ ਨਹੀਂ ਕੀਤਾ, ਬੀਬੀ ਨੂੰ ਪਤਾ ਨਹੀਂ ਇਹ ਚੀਜ਼ ਦਾ। ਸਾਡਾ ਕਾਲ ਤਖ਼ਤ ਸਾਹਿਬ ਢਹਿੰਦਾ, ਪਰ ਅਸੀਂ ਇੱਕ ਕੌਮ ਦੇ ਪ੍ਰਤੀ ਨਹੀਂ ਗਏ। ਸਾਨੂੰ ਸਕੋਕ 84 ਨਵੰਬਰ ਚ ਮਾਰੇਗਾ, ਪਰ ਅਸੀਂ ਕੌਮ ਦੇ ਉਲਟ ਨਹੀਂ ਗਏ। ਅਸੀਂ ਕਿਸੇ ਧਰਮ ਨੂੰ ਅੱਤਵਾਦੀ ਨਹੀਂ ਕਿਹਾ, ਕਿਸੇ ਕੌਮ ਨੂੰ ਅਸੀਂ ਅੱਤਵਾਦੀ ਨਹੀਂ ਕਿਹਾ। ਜਿਹੜਾ ਜ਼ੁਲਮ ਕਰਦਾ ਨਾ ਉਹਦੇ ਉਲਟ ਬੋਲੀਦਾ ਬੀਬੀ, ਕਿਸੇ ਕੌਮ ਨੂੰ ਨਹੀਂ ਬੋਲੀਦਾ। ਪਰ ਇੱਕ ਬੜੀ ਬੜੀ ਇੱਕ ਤੁਹਾਨੂੰ ਮੈਂ ਗੱਲ ਸੁਣਾਉਣਾ ਕਿ ਅੱਜ ਇੱਕ ਭਾਈ ਸਾਹਿਬ ਦੱਸ ਰਹੇ ਸੀ, ਕਹਿੰਦੇ ਜਦੋਂ 1984 ਚ ਅਸੀਂ ਨਿਕਲੇ ਸੀ ਨਾ ਜੀ, ਤੇ ਹਿੰਦੁਸਤਾਨ ਦੀ ਬਹੁਤ ਗਿਣਤੀ ਹਰਿਮੰਦਰ ਸਾਹਿਬ ਦੇ ਨਾਲ ਉੱਪਰ ਖੜੋਤੀ ਹੋਈ ਸੀ ਕੋਠਿਆਂ ਤੇ, ਤੇ ਉਹ ਜੁੱਤੀਆਂ ਵਿਖਾ ਰਹੇ ਸੀ ਸਿੱਖਾਂ ਨੂੰ, ਤੁਹਾਡੇ ਨਾਲ ਚੰਗਾ ਹੋਇਆ। ਤੇ ਸੇਮ ਹੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹਰਾਂ ਨੂੰ 740 ਬੰਦੇ ਫੜ ਕੇ ਦਿੱਲੀ ਲੈ ਗਏ ਨੇ, ਉਸ ਵਕਤ ਹਿੰਦੁਸਤਾਨ ਦੀ ਬਹੁਤ ਗਿਣਤੀ ਮੁਸਲਮਾਨ ਛੱਤਾਂ ਤੇ ਖਲੋਤੇ ਡਲੇ ਮਾਰਦੇ ਸੀ। ਦੇਖੋ, ਪਰ ਜਦੋਂ ਸਾਡਾ ਰਾਜ ਆਉਂਦਾ ਹੈ ਬੀਬੀ, ਜਦੋਂ ਸਾਡਾ ਰਾਜ ਆਉਂਦਾ ਹੈ ਨਾ 70 ਤੋਂ 80 ਸਾਲ, ਅਸੀਂ ਤੁਹਾਡੇ ਤੋਂ ਜਾਂ ਦੂਜੀਆਂ ਕੌਮਾਂ ਤੋਂ ਬਦਲੇ ਹੀ ਨਹੀਂ ਲਏ। ਸਾਡੀ ਸੋਚ ਵੇਖ। ਸੋ ਸਾਡੇ ਪ੍ਰਤੀ ਇਹਨਾਂ ਨੇ ਰਾਜਸਥਾਨ ਚ ਵੀ ਕਿਹਾ ਸੀ ਕਿ ਗੁਰਦੁਆਰੇ ਨਸੂਰ ਨੇ, ਇੱਕ IPS ਅਫਸਰ ਨੂੰ ਕਿਹਾ ਸੀ ਯੂ ਆਰ ਖਾਲਿਸਤਾਨੀ। ਇਹਨਾਂ ਦੀ ਸੋਚ ਜਿਹੜੀ ਸਿੱਖਾਂ ਪ੍ਰਤੀ ਭਾਜਪਾ ਦੀ ਕਿਤੇ ਸਹੀ ਨਹੀਂ ਹੁੰਦੀ। ਪਰ ਅੱਜ ਉਹਨਾਂ ਲੀਡਰਾਂ ਨੂੰ ਪੁੱਛਣਾ ਚਾਹੀਦਾ ਹੈ, ਜਿਹੜੇ ਬੇਸ਼ਰਮ ਟੋਲੇ ਉੱਠ ਕੇ ਇਹਨਾਂ ਦੀਆਂ ਪਾਰਟੀਆਂ 'ਚ ਵੜ ਗਏ ਨੇ, ਯਾਰ ਕੋਈ ਸ਼ਰਮ ਹੈ? ਅੱਜ ਤੁਹਾਡੀ ਕੌਮ ਨੂੰ ਸ਼ਰੇਆਮ ਅੱਤਵਾਦੀ ਕਹਿ ਰਹੇ ਨੇ, ਤੁਹਾਡੇ ਪੰਜਾਬ ਨੂੰ ਅੱਤਵਾਦੀ ਕਹਿ ਰਹੇ ਨੇ, ਅੱਤਵਾਦੀ ਕਹਿ ਰਹੇ ਨੇ, ਕਿਉਂ ਨਹੀਂ ਬੋਲਦੇ ਤੁਸੀਂ? ਸੋ ਇਹੋ ਜਿਹੇ ਜਿਹੜੇ ਬੰਦੇ ਨੇ ਲੀਡਰ ਨੇ, ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਪਰ ਦੂਜੇ ਬਣੇ ਅੱਜ ਪੰਜਾਬ ਦੇ ਲਈ ਵੱਡਾ ਦਿਨ ਹੈ ਖਰੜ ਸਾਹਿਬ, ਅੱਜ ਪੰਜਾਬ 40ਵੀਂ ਬਰਸੀ ਮਨਾ ਰਿਹਾ ਘੱਲੂਘਾਰੇ ਦੀ, ਤਾਂ ਉਸੇ ਦਿਨ ਦੇ ਉੱਤੇ ਜਿਹੜਾ ਕੰਗਣਾ ਦਾ ਉਹਦੇ ਵੱਲੋਂ ਅਜਿਹਾ ਬਿਆਨ ਦੇ ਦੇਣਾ, ਇਹ ਕਿਤੇ ਨਾ ਕਿਤੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਵੀ ਜਿਹੜਾ ਇਹ ਜਿਹੜਾ ਨਮਕ ਛਿੜਕਣ ਵਾਲੀ ਗੱਲ ਹੈ। ਤੁਸੀਂ ਜਿੰਨਾ ਮਰਜ਼ੀ ਕਰ ਲਓ ਇਹਨਾਂ ਦਾ, ਅਸੀਂ ਮਾੜਾ ਨਹੀਂ ਕਰਨਾ, ਪਰ ਜਿੰਨਾ ਮਰਜ਼ੀ ਕਰ ਲਓ ਇਹਨਾਂ ਦਾ, ਇਹ ਤੁਹਾਨੂੰ ਦਿਲੋਂ ਪਸੰਦ ਨਹੀਂ ਕਰਦੇ, ਮੈਂ ਬਹੁਤ ਵਾਰੀ ਕਹਿ ਚੁੱਕਾ ਜੀ, ਜਿੰਨਾ ਮਰਜ਼ੀ ਕਰ ਲਓ। ਇਸ ਦੇਸ਼ ਨੂੰ ਯਾਦ ਕਰਾਉਣ ਵਾਲੇ ਸਿੱਖ, ਇਸ ਕਈ ਕੌਮਾਂ ਨੂੰ 9-9 ਸਾਲ ਦੇ ਗੁਲਾਮੀ ਤੋਂ ਬਾਅਦ ਆਜ਼ਾਦ ਕਰਾਉਣ ਵਾਲੇ ਸਿੱਖ, ਇਹਨਾਂ ਨੂੰ ਤਖ਼ਤ ਤੇ ਬਹਾਉਣ ਵਾਲਾ ਸਿੱਖ, ਪਰ ਇਹਨਾਂ ਦੀ ਨਿਗਾਹ ਦੇ ਅੰਦਰ ਸਿੱਖ ਜਰਾਇਮ ਪੇਸ਼ਾ ਕੌਮ ਹੈ, ਜਿਹੜਾ ਇਹਨਾਂ ਦੇ ਪਟੇਲ ਨੇ 1947-48 ਚ ਕਹਿਤਾ। ਖਰੜ ਸਾਹਿਬ, ਜਾਇਜ਼ ਮੰਨਦੇ ਹੋ ਜੋ ਕੁੜੀ ਨੇ ਕੀਤਾ, ਜੋ ਅੱਜ ਕੁਲਵਿੰਦਰ ਕੌਰ ਨੇ ਕੀਤਾ, ਪੰਜਾਬ ਦੀ ਧੀ ਨੇ ਕੀਤਾ, ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਬੱਲੇ ਬੱਲੇ ਹੋ ਰਹੀ ਆ, ਤੁਸੀਂ ਇਸ ਨੂੰ ਕਿਵੇਂ ਮੰਨਦੇ ਹੋ? ਦੇਖੋ ਗੱਲ ਇਹ, ਇੱਕ ਗੁੱਸਾ ਹੈ। ਉਹ ਕਹਿੰਦੀ ਹੈ ਮੇਰੀ ਮਾਂ ਬੈਠੀ ਸੀ ਉੱਥੇ, ਇਹਨੇ ਕਿਹਾ 100-100 ਰੁਪਏ ਚ ਵਿਕਦੀਆਂ ਨੇ ਭਾੜੇ ਦੀਆਂ, ਪਰ ਉਹਦੇ ਖਿਲਾਫ ਉਸ ਵਕਤ ਕੋਈ ਐਕਸ਼ਨ ਨਹੀਂ। ਉਹਨੇ ਇੰਨਾ ਮਾੜਾ ਬੋਲਿਆ ਪੰਜਾਬ ਨੂੰ, ਉਹਨੂੰ ਸੀਟ ਤੋਂ ਉਹਨੂੰ ਟਿਕਟ ਦਿੱਤੀ ਗਈ। ਕਾਰਨ ਕੀ? ਟਿਕਟ ਕਿਉਂ ਦਿੱਤੀ? ਉਹ ਐਂਟੀ ਸਿੱਖ ਹੈ, ਉਹਨੂੰ ਵੋਟਾਂ ਕਿਉਂ ਪਈਆਂ? ਉਹ ਐਂਟੀ ਸਿੱਖ ਹੈ। ਤੁਸੀਂ ਦੇਖੋ ਨਾ ਜੀ, ਉਹਦੀ ਜਿਹੜੀ ਸੋਚ ਆ ਉਹ ਐਂਟੀ ਸਿੱਖ ਹੈ, ਤੇ ਭਾਜਪਾ ਨੂੰ ਟਿਕਟ ਦੇ ਰਹੀ ਹੈ। ਬਾਕੀ ਮੈਂ ਤੁਹਾਨੂੰ ਗੱਲ ਦੱਸਾਂ, ਇਹ ਸਿਆਸੀ ਲੋਕ ਨਹੀਂ, ਇਹ ਫਿਲਮੀ ਐਕਟਰ ਨੇ। ਇਹਨਾਂ ਨੂੰ ਤੁਸੀਂ ਜਿਤਾਓਗੇ ਜਿਹਨਾਂ ਨੂੰ ਕਿਸੇ ਚੀਜ਼ ਦੀ ਸਮਝ ਨਹੀਂ, ਇਹਨਾਂ ਨੂੰ ਕਿਸੇ ਸਟੇਟ ਦੀ ਹਿਸਟਰੀ ਬਾਰੇ ਨਹੀਂ ਪਤਾ, ਕਿਸੇ ਕੌਮ ਦੀ ਹਿਸਟਰੀ ਬਾਰੇ ਨਹੀਂ ਪਤਾ, ਉਹ ਬੰਦੇ ਤੁਸੀਂ MP ਬਣਾਤੇ ਨਹੀਂ ਯਾਰ। ਜਿਹੜੇ ਐਂਟੀ ਕਿਸੇ ਕੌਮ ਦੇ ਖਿਲਾਫ ਨੇ, ਐਂਟੀ ਮੁਸਲਮਾਨ ਨੇ, ਐਂਟੀ ਸਿੱਖ ਨੇ, ਤੋ ਇਹੋ ਜਿਹੇ ਲੋਕਾਂ ਨੂੰ ਜਿਤਾਓਗੇ ਤਾਂ ਰਿਜ਼ਲਟ ਆ ਗਿਆ। ਹੋਰ ਭਾਜਪਾ ਦੀ ਸਪੋਰਟ ਕਰੋ,
ਹੋਰ ਕੁਛ ਕਰੋ। ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਜਿੰਨਾ ਮਰਜ਼ੀ ਇਹਨਾਂ ਦਾ ਕਰ ਲਓ, ਸੱਪ ਨੂੰ ਦੁੱਧ ਪਿਆਉਣ ਵਾਲੀ ਗੱਲ ਆ, ਜਿੰਨਾ ਮਰਜ਼ੀ ਕਰ ਲਓ ਇਹਨਾਂ ਨੇ ਤੁਹਾਨੂੰ ਡੰਗ ਹੀ ਮਾਰਨਾ ਇਹਨਾਂ। ਅੱਜ ਕੁਲਵਿੰਦਰ ਕੌਰ ਦੇ ਨਾਲ ਲੱਗਦਾ ਪੰਜਾਬ ਖੜੂਗਾ ਫਿਰ ਜੇਕਰ ਲੋੜ ਪੈਂਦੀ ਹੈ ਕੱਲ੍ਹ ਨੂੰ, ਕਿਉਂਕਿ ਇੱਕ ਵੱਡੀ ਘਟਨਾ ਗੀ, ਨੌਕਰੀ ਦੇ ਉੱਤੇ ਵੀ ਗੱਲ ਆ ਸਕਦੀ ਆ, ਪਰਿਵਾਰ ਦੇ ਲਈ ਵੀ ਜਿਹੜਾ ਸੰਕਟ ਪੈਦਾ ਹੋ ਸਕਦਾ, ਲੱਗਦਾ ਪੰਜਾਬ ਖੜੂਗਾ। ਦੇਖੋ ਪੰਜਾਬ ਅੱਜ ਚ ਕਰਨੀ ਭੱਜਿਆ, ਮੈਂ ਪੰਜਾਬ ਬਾਰੇ ਤੁਹਾਡਾ ਮੈਂ ਤੁਰ ਫਿਰ ਕੇ ਦੇਖ ਲਿਆ ਜੀ, ਪੰਜਾਬ ਨਹੀਂ ਮਾੜਾ, ਪੰਜਾਬ ਠੀਕ ਹੈ, ਲੇਟ ਹੋ ਜਾਂਦਾ ਹੈ, ਪਰ ਪੰਜਾਬ ਜਿਹੜਾ ਕੋਈ ਬੰਦਾ ਕੋਈ ਕੰਮ ਕਰਦਾ ਪੰਜਾਬ ਉਹਦਾ ਮੁੱਲ ਜ਼ਰੂਰ ਮੋੜ, ਐਸੀ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ। ਜੇ ਕੋਈ ਨੂੰ ਕੋਈ ਪ੍ਰੋਬਲਮ ਆਈ ਅਸੀਂ ਲੋਕ ਹਾਜ਼ਰ ਹਾਂ, ਕਾਨੂੰਨੀ ਤੌਰ ਤੇ ਜਿੰਨਾ ਜੋਗੇ ਹੋਏ, ਜੇ ਲੜਕੀ ਆਵੇਗੀ ਤੇ ਉਹਦੇ ਨਾਲ ਤੁਰਾਂਗੇ ਅਸੀਂ, ਤੇ ਵੈਸੇ ਵੀ ਸਾਡੀ ਸਾਡਾ ਫਰਜ਼ ਬਣਦਾ ਹੈ ਤੁਰਨ ਦਾ, ਜੇ ਕਿ ਉੱਥੇ ਪ੍ਰੋਬਲਮ ਆਈ ਜਾਵਾਂਗੇ ਅਸੀਂ ਭਾਈ, ਸਾਡੀ ਡਿਊਟੀ ਬਣਦੀ ਹੈ ਜੀ। ਜੀ ਬਹੁਤ ਬਹੁਤ ਸ਼ੁਕਰੀਆ ਖਾਰਾ ਸਾਹਿਬ, ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਓਕੇ। ਤਾਂ ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਮੌਜੂਦ ਸੀਗੇ, ਉਹਨਾਂ ਨੇ ਕਿਹਾ ਕਿ ਜੋ ਇਹ ਅੱਜ ਘਟਨਾ ਵਾਪਰੀ ਆ ਇਹ ਲੰਬੇ ਸਮੇਂ ਦਾ ਜਿਹੜਾ ਮਨਾਂ ਦੇ ਅੰਦਰ ਗੁੱਸਾ ਸੀਗਾ, ਕਿਉਂਕਿ ਪੰਜਾਬ ਦੇ ਲੋਕ ਨੇ ਇਹ ਕਦੇ ਵੀ ਭੁੱਲਦੇ ਨਹੀਂ ਗੇ। ਇਹ ਜਦੋਂ ਸਾਡੇ ਕੋਲ ਉਦਾਹਰਣਾਂ ਨੇ, ਉਦਾਹਰਣਾਂ ਦੇ ਵਿੱਚ ਜਾ ਕੇ ਅਸੀਂ ਆਪਣਾ ਇਤਿਹਾਸ ਚੈੱਕ ਕਰ ਸਕਦੇ ਹਾਂ, 21 ਸਾਲਾਂ ਬਾਅਦ ਜੇਕਰ ਅੰਗਰੇਜ਼ਾਂ ਤੋਂ ਬਦਲਾ ਲਿਆ ਜਾ ਸਕਦਾ, ਤਾਂ ਫਿਰ ਇਹ ਵੀ ਇੱਕ ਤਰੀਕੇ ਦਾ ਜਿਹੜਾ ਗੁੱਸਾ ਸੀਗਾ ਉਸ ਲੜਕੀ ਦੇ ਅੰਦਰ ਜਿਹੜਾ ਉਹ ਸਾਹਮਣੇ ਆਇਆ ਹੈਗਾ।